गया है। आए हाय आ गई। अच्छा तुसी हो? की है, 2 मिनट सबर नहीं कर सकते? ओ 2 मिनटा नू गाहां तू मैगी तरी होई सी। ए मेरे घर दी बैल है, कोई मंदिर दा घंटा नहीं जेड़ा बजाई जाने हो। जे इन्ने घंटे मैं मंदिर दे बजाए होंदे ना ता मेरी रब भी सुन लैंदा, पर तू नहीं सुनदी। मेरे ओथो लैके इत्थे आन तक 75 बैला मारतीयां तुसी, पता किन्नी बिजली फूकदी है? फिर तुसी मेनू की कहना है कि मेरे एसी चलान करके इन्ना बिल आउंदा है? ओए आप देख करे आया, हुण बैली मारूंगा तेरे सामने, होर बीन बजाउण तो ता रहा मैं। हुणे ता ऑफिस गए सी, आ भी गए। दफ्तर तो सीधा एयरपोर्ट गया, उत्थो फ्लाइट लई ते इत्थे घरे आ गया। हाय रब्बा, लोकां दी जनानियां तंग ने कि उन्हां दे घर दे लेट आउंदे ने, ते पहली है जिहड़ी बिलकण लग जांदी है जदों मैं सनेहा आ जांना। पर तुसी ता कार ते गए सी। तेरे नाल गल करन दा मतलब है आलिया नूं जनरल नॉलेज पढ़ाउणा। हाय सुख, मैं थोड़ी सैलरी की दब्बन लगी, तुसी मैनू दसे बिना ट्यूशनां पढ़ाउणियां शुरू करतीआं। ओ यार किन्ने सवाल पुछेंगी, 13 सवालां तों बाद तां बच्चन साहब भी पुछणा बंद कर दिंदे आ। अमिताभ बच्चन साहब जी भी ना 13वां सवाल उदो पुछदे ने जदों बंदा 12 सवालां दा जवाब सही सही दे दंदा। तुसी तां पहले सवाल च आउट हो जाना। ओ जिहदे कोल तेरे वर्गी लाइफलाइन होवे ना, बंदा आउट नहीं डेड हो जांदा। की कहा? मेरे कहण दा मतलब है सवाल जवाब बंद कर, ते जदों कोई घरे आया होवे ना उहनूं चाह कॉफी पुछदी हुंदी है। चलो हुण कोई सवाल नहीं पुछदी, आ दसो की पीओगे, चाह के कॉफी? मैं कॉफी पीऊंगा। कॉफी च टाइम लगूगा, मैं चाह चढ़ाई हुई है। दारू चढ़ाउंदे तां बड़े लोकी देखे सी, तू पहली है जिन्हें चाह चढ़ा रखी है। मेरा मतलब चाह तैयार है, चाह पीनी है तो दसो ना। जे चाह ही पिउनी सी फिर कॉफी के पुछी सी? तुसी आप ही तो कहा सी जदों कोई घरे आंदा चाह कॉफी पुछी दी है, उही तो पूछ रही है। मेरा कॉफी पीण दा मन है। आ मेरा घर है, कॉफी विद करण शो नहीं, नाले मैं ही है जेड़ी तुहानू चाह पुछी जानी है। मेरे तो बगैर किसी ने पानी भी नहीं पुछना तुहानू। तू आपदी चाह रख आपदे कोल, नहीं घर दे चूहियां नू प्या दे, घट्टो घट चूहे मारन वाली दवाई दा खर्चा तां बच जू। हाय सुख, ਵਿਆਹ ਤੋਂ ਪਹਿਲੇ ਮੇਰੇ ਹੱਥ ਦਾ ਪਾਣੀ ਵੀ ਤੁਹਾਨੂੰ ਸ਼ਹਿਦ ਵਰਗਾ ਲੱਗਦਾ ਸੀ, ਹੁਣ ਮੇਰੇ ਹੱਥ ਦੀ ਬਣਾਈ ਚਾਹ ਤੁਹਾਨੂੰ ਜ਼ਹਿਰ ਲੱਗਦੀ ਹੈ। ਉਹ ਜ਼ਹਿਰ ਤੋਂ ਬੰਦਾ ਫੇਰ ਵੀ ਬਚ ਜਾਂਦਾ, ਤੇਰੀ ਕਾਫੀ ਤੋਂ ਨਹੀਂ ਬਚ ਸਕਦਾ। ਆ ਇਹਨੂੰ ਖੋਲ ਆਉਦੀ ਮਾਂ ਦੇ ਜਿੰਦੇ ਨੂੰ। ਧਿਆਨ ਨਾਲ ਵੇਖੋ, ਖੁੱਲਾ ਹੀ ਪਿਆ, ਐਵੇਂ ਅੜਾ ਕੇ ਰੱਖਿਆ ਸੀ ਮੈਂ। ਤੂੰ ਨਾ ਉੱਠੀ ਇੱਥੋਂ, ਜਿੱਦਣ ਤੂੰ ਮਰ ਗਈ ਨਾ ਤੇਰੀ ਸਮਾਧੀ ਮੈਂ ਇਸੇ ਪੌੜੀ ਤੇ ਬਣਾਊਂਗਾ। ਮੇਰੀ ਸਮਾਧੀ ਬਣਾਉਂਦੇ ਬਣਾਉਂਦੇ ਨਾ ਆਪ ਦੀ ਕਬਰ ਨਾ ਪਟਾ ਲਿਓ ਕਿਤੇ। ਪੱਕਾ ਇਲਾਜ ਕਰਾਓ, ਮੈਨੂੰ ਮੇਰੀ ਵਹੁਟੀ ਤੋਂ ਬਚਾਓ। ਦੇਖਿਆ ਤੁਸੀਂ ਸਾਰਿਆਂ ਨੇ, ਇੱਕ ਤੇ ਮੈਂ ਇਹਨਾਂ ਦੇ ਆਉਣ ਤੋਂ 2 ਘੰਟੇ ਪਹਿਲੇ ਚਾਹ ਧਰਤੀ ਤਾਂ ਕਿ ਆਉਣਗੇ ਆਉਂਦੇ ਸਾਰੀ ਫਰੈਸ਼ ਹੋ ਕੇ ਚਾਹ ਪੀਣਗੇ, ਪਰ ਇਹਨਾਂ ਨੇ ਕੀ ਕੀਤਾ, ਆਉਂਦੇ ਸਾਰੀ ਮੇਰੇ ਨਾਲ ਬਹਿਸ ਕਰਨਾ ਸ਼ੁਰੂ ਕਰਤੀ। ਪਿਆਰ ਦੀ ਤਾਂ ਕੋਈ ਕਦਰ ਹੀ ਨਹੀਂ। ਚਲੋ ਕੋਈ ਗੱਲ ਨਹੀਂ, ਮੈਂ ਹੀ ਪੀ ਲੈਂਦੀ ਹਾਂ। ਹਾਏ ਰੱਬਾ, ਹਾਏ ਭੈਣੇ, ਤੂੰ ਤਾਂ ਸੱਚੀ ਜ਼ਹਿਰ ਬਣਾਈ ਫਿਰਦੀ ਹੈ। ਫਿਰ ਕੀ ਹੋ ਗਿਆ, ਜ਼ਹਿਰ ਵੀ ਤਾਂ ਕੰਮ ਆਉਂਦਾ ਹੀ ਹੈ, ਚੂਹੇ ਮਾਰਨ ਦੇ। ਸੁੱਖ ਵੈਸੇ ਹੀ ਕਹਿੰਦਾ, ਪਰ ਸੁੱਖ ਦਾ ਕੀ ਹੈ, ਉਹ ਤੇ ਕਹਿੰਦਾ ਰਹਿੰਦਾ। ਇਹਦੇ ਚ ਆਲੂ, ਇਹ ਚ ਵੀ ਆਲੂ, ਇਹ ਚ ਵੀ ਆਲੂ, ਤੇ ਪਰੌਂਠੇ ਵੀ ਆਲੂਆਂ ਵਾਲੇ। ਡਾਰਲਿੰਗ, ਅੱਜ ਤੁਹਾਡੇ ਦਾਦਾ ਜੀ ਦਾ ਸ਼ਰਾਧ ਹੈ। ਅੱਜ ਬੜੀ ਦਾਦਾ ਜੀ ਦੀ ਯਾਦ ਆ ਰਹੀ ਹੈ। ਉਹ ਯਾਦ ਕਿਉਂ ਨਾ ਆਵੇ, ਤੁਹਾਡੇ ਕਮਲਿਆਂ ਦੇ ਟੱਬਰ 'ਚ ਇੱਕ ਉਹੀ ਸਿਆਣਾ ਬੰਦਾ ਸੀ ਜਿਹੜਾ ਮੈਨੂੰ ਸਮਝਾਉਂਦਾ ਹੁੰਦਾ ਸੀ ਕਿ ਪੁੱਤ ਇਹਨਾਂ ਚੱਕਰਾਂ ਤੋਂ ਬਚ ਜਾ, ਨਹੀਂ ਤਾਂ ਪਛਤਾਏਗਾ। ਆ ਕੀ ਆਲੂ ਆਲੂ ਬਣਾ ਰੱਖੇ ਨੇ, ਜਿਵੇਂ ਸ਼ਰਾਧਾਂ ਦੀ ਰੋਟੀ ਖਵਾਉਣੀ ਹੁੰਦੀ ਹੈ। ਤੁਸੀਂ ਕੋਈ ਕਾਂ ਜਿਹੜਾ ਮੈਂ ਤੁਹਾਨੂੰ ਸ਼ਰਾਧਾਂ ਵਾਲਾ ਖਾਣਾ ਖਵਾਉਂਗੀ, ਜੋ ਘਰੇ ਪਿਆ ਉਹੀ ਬਣਾਉਂਗੀ ਨਾ। ਮਤਲਬ ਘਰੇ ਕੁਝ ਹੋਰ ਹੈ ਨਹੀਂ ਖਾਣ ਨੂੰ? ਹਾਂ ਹੈਗਾ ਹੈ, ਉਹ ਤੁਹਾਡੀ ਮਾਂ ਨੇ ਜਿਹੜਾ ਬਾਹਰ ਕਿੱਲੇ ਨਾਲ ਬੱਕਰਾ ਬੰਨਿਆ, ਕਹੋ ਤਾਂ ਚੜਾ ਦੂ, ਜਾਂ ਫਿਰ ਤੁਹਾਡਾ ਪਿਓ ਜਿਹੜਾ ਸ਼ਿਕਾਰ ਕਰਕੇ ਲਿਆ ਸੀ ਉਹ ਬਣਾ ਦਾ। ਉਹ ਸ਼ਿਕਾਰ ਦੀ ਗੱਲ ਨਾ ਕਰ, ਉਹ ਸ਼ਿਕਾਰ ਦੇ ਚੱਕਰ 'ਚ ਤਾਂ ਮੈਂ ਆਪਣੇ ਡੈਡੀ ਜੀ ਨੂੰ ਖੋਤਾ। ਉਹ ਕਿੱਦਾਂ? ਕਿਉਂਕਿ ਜਿਹੜੇ ਹਿਰਨ ਦਾ ਡੈਡੀ ਜੀ ਸ਼ਿਕਾਰ ਕਰਨ ਗਏ ਸੀ ਨਾ, ਉਹਦਾ ਬੈਸਟ ਫਰੈਂਡ ਸ਼ੇਰ ਨਿਕਲਿਆ, ਤੇ ਸ਼ੇਰ ਨੇ ਆਪਣੀ ਯਾਰੀ ਨਿਭਾਉਣ ਖਾਤਰ ਨਾ ਡੈਡੀ ਜੀ ਦਾ ਸ਼ਿਕਾਰ ਕਰਤਾ। ਪਰ ਤੂੰ ਇੰਨਾ ਵੀ ਗਮਾਨ ਨਾ ਕਰ, ਲਾਉਣੇ ਆਉਂਦੇ ਆ ਪਰੌਂਠੇ 3 ਕੋਨੇ ਜੱਟ ਨੂੰ। ਉਹ ਬਸ ਕਰੋ, ਮੈਂ ਜਾਣਦੀ ਹਾਂ ਤੁਹਾਨੂੰ ਵੱਡੇ ਮਾਸਟਰ ਸ਼ੈਫ ਨੂੰ, ਜੋ ਬਣਿਆ ਨਾ ਖਾ ਲਓ ਚੁੱਪ ਕਰਕੇ। ਜੇ ਇੱਦਾਂ ਦਾ ਖਾਣਾ ਮੈਨੂੰ ਰੋਜ਼ ਮਿਲਦਾ ਰਿਹਾ ਨਾ, ਇਹ ਸੁੱਖ ਨੇ ਸਦਾ ਲਈ ਚੁੱਪ ਹੋ ਜਾਣਾ। ਇੱਕ ਗੱਲ ਦੱਸ, ਘਰੇ ਕੁਝ ਹੋਰ ਹੈ ਨਹੀਂ ਸੀ ਬਣਾਉਣ ਨੂੰ? ਮੁੱਕਦੀ ਗੱਲ ਇਹ ਹੈ ਕਿ ਘਰ ਦਾ ਰਾਸ਼ਨ ਮੁੱਕ ਗਿਆ ਸੀ। ਜੇ ਮੁੱਕਿਆ ਹੋਇਆ ਸੀ ਫਿਰ ਭਰਵਾ ਲਿਆਉਣਾ ਸੀ।
ਪਰਵਾਹ ਨੂੰ ਕੋਈ ਉਹ ਸਿਲੰਡਰ ਹੈ ਨਾਲੇ ਪਰਵਾਹ ਵੀ ਲੰਦੀ ਟਾਈਮ ਵੀ ਤਾਂ ਹੋਣਾ ਚਾਹੀਦਾ ਨਾ ਆਹੋ ਟਾਈਮ ਨਹੀਂ ਹੁੰਦਾ ਵੱਡੀ ਮਹਾਰਾਣੀ ਕੋਲੇ ਕੀ ਗੱਲ ਸਵੇਰੇ ਚਰਖਾ ਕੱਤਣ ਤੋਂ ਬਾਅਦ ਸਿੱਧਾ ਮੱਝਾਂ ਨੂੰ ਛੱਪੜ 'ਚ ਲੈ ਕੇ ਜਾਂਦੀ ਹੈ ਸਾਰਾ ਦਿਨ ਤਾਂ ਵਿਹਲੀ ਹੁੰਦੀ ਹੈ ਦੋ ਤਾਂ ਕੰਮ ਨੇ ਤੇਰੇ ਕੋਲੇ ਜਾਂ ਤਾਂ ਟੀਵੀ ਦੇਖ ਲਿਆ ਜਾਂ ਮਾਂ ਨਾਲ ਗੱਲ ਕਰ ਲਈ ਘਰ 'ਚ ਜਨਾਨੀਆਂ ਨੂੰ 100 ਕੰਮ ਹੁੰਦੇ ਨੇ ਤੁਹਾਡੇ ਵਾਂਗ ਨਹੀਂ ਹੈਗੀ ਮੈਂ ਕਿ ਏਸੀ ਵਾਲੇ ਕਮਰੇ 'ਚ ਬਹਿ ਕੇ ਬਸ ਆ ਜਾਓ ਵੈਸੇ ਵੀ ਰਾਸ਼ਨ ਵਾਲਾ ਤੁਹਾਡਾ ਵਾਕਫ ਸੀ ਤੁਸੀਂ ਕਰ ਲੈਣਾ ਸੀ ਕਾਲ ਜਾਣ ਪਛਾਣ ਤਾਂ ਮੇਰੀ ਮੌਜੂਦਾ ਸਰਕਾਰ ਦੇ ਵਿੱਚ ਵੀ ਹੈ ਜੇ ਕਹੇ ਤਾਂ ਉਹਨਾਂ ਨੂੰ ਫੋਨ ਕਰਦਾ ਓ ਰਹਿਣ ਦੋ ਉਹਨਾਂ ਦੇ ਪਹਿਲੇ ਖਜ਼ਾਨੇ ਖਾਲੀ ਨੇ ਸਾਨੂੰ ਕੀ ਦੇਣਗੇ ਠੀਕ ਹੈ ਪਰ ਤੈਨੂੰ ਤਾਂ ਘੱਟੋ ਘੱਟ ਧਿਆਨ ਰੱਖਣਾ ਚਾਹੀਦਾ ਸੁੱਖ ਮੈਂ ਕਿਹੜੇ ਕਿਹੜੇ ਗੱਲ ਦਾ ਧਿਆਨ ਦਵਾਂ ਤੁਹਾਡੇ ਪੈਂਟ ਦੀ ਜਿੱਪ ਤੋਂ ਲੈ ਕੇ ਟੈਂਕੀ ਵਾਲੇ ਪਾਣੀ ਦੀ ਸਿੱਪ ਤੱਕ ਸਾਰਾ ਧਿਆਨ ਮੈਂ ਰੱਖਦੀ ਹਾਂ ਹੁਣ ਵੀ ਦੇਖੋ ਜਿੱਪ ਖੁੱਲੀ ਹੈ ਪੱਕਾ ਖੁੱਲੀ ਹੋਣੀ ਹੈ ਇੱਕ ਤਾਂ ਇਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਜਾਂਦਾ ਹੈ ਹਾਂ ਹਾਂ ਮੈਂ ਤਾਂ ਜਿਵੇਂ ਏਸੀ ਕੈਬਿਨ 'ਚ ਵਿਹਲਾ ਬਹਿ ਕੇ ਮੁੜਿਆ ਆਉਣਾ ਆ ਮਹਿਲ ਮਨਾਰੇ ਤੂੰ ਹੀ ਤਾਂ ਮੈਨੂੰ ਛੱਤ ਕੇ ਦਿੱਤੇ ਆ ਤੈਨੂੰ ਜੇ ਘਰ ਨਹੀਂ ਸਾਂਭਣਾ ਆਉਂਦਾ ਸੀ ਤਾਂ ਇੰਨੀ ਕੀ ਅੱਗ ਲੱਗੀ ਸੀ ਵਿਆਹ ਕਰਾਉਣ ਦੀ ਅੱਗ ਮੈਨੂੰ ਨਹੀਂ ਲੱਗੀ ਸੀ ਅੱਗ ਤੁਹਾਨੂੰ ਲੱਗੀ ਸੀ ਤਾਂ ਹੀ ਮੇਰੇ ਘਰ ਦੇ ਮੂਰੇ ਸ਼ਾਮ ਸਵੇਰੇ ਚੱਤੋ ਪੈਰ ਭੂੰਡ ਆਸ਼ਕਾਂ ਵਾਂਗ ਗੇੜੇ ਮਾਰਦੇ ਰਹਿੰਦੇ ਸੀ ਓਏ ਉਹੀ ਗੇੜੀਆਂ ਨੇ ਤਾਂ ਮੈਨੂੰ ਹੁਣ ਤੱਕ ਚੱਕਰ ਲਿਆਂਦੇ ਪਏ ਆ ਜੇ ਵਿਆਹ ਵੇਲੇ ਕਿਸੇ ਚੱਜ ਦੇ ਪੰਡਤ ਨੂੰ ਹੱਥ ਦਿਖਾਇਆ ਹੁੰਦਾ ਨਾ ਤਾਂ ਤੇਰੇ ਵਰਗਾ ਗ੍ਰਹਿਣ ਮੇਰੀ ਜ਼ਿੰਦਗੀ ਨੂੰ ਨਾ ਲੱਗਦਾ ਹਾਏ ਸੁੱਖ ਮੈਂ ਤੁਹਾਨੂੰ ਗ੍ਰਹਿਣ ਲੱਗਣ ਲੱਗ ਗਈ ਤੁਹਾਡਾ ਮਤਲਬ ਤੁਸੀਂ ਮੇਰੇ ਨਾਲ ਵਿਆਹ ਕਰਾ ਕੇ ਗਲਤੀ ਕੀਤੀ ਹੈ ਗਲਤੀ ਨਹੀਂ ਗਲਤੀ ਦੀ ਤਾਂ ਮਾਫੀ ਵੀ ਹੁੰਦੀ ਹੈ ਇਹਨੂੰ ਗੁਨਾਹ ਕਹਿੰਦੇ ਆ ਤੇ ਹੇ ਸੱਚੇ ਪਾਤਸ਼ਾਹ ਮੇਰੇ ਗੁਨਾਹ ਮਾਫ ਕਰੀ ਹੇ ਵਾਹਿਗੁਰੂ ਕਿੱਥੋਂ ਭੁੱਖਿਆਂ ਦਾ ਖਾਨਦਾਨ ਮੇਰੇ ਪੱਲੇ ਪੈ ਗਿਆ ਹੋਰ ਕੀ ਰਹਿ ਗਿਆ ਜੀਰਾ ਹੁਣ ਕੀ ਨਵਾਂ ਸੱਪ ਕੱਢੂਗੀ ਜੀਰਾ 1 ਕਿਲੋ ਮੰਗਵਾਵਾਂ ਜਾਂ 2 ਕਿਲੋ ਹੈ 2 ਕਿਲੋ ਮੰਗਵਾ ਲੈਣੀ ਹੈ ਨਹੀਂ 1.5 ਕਿਲੋ ਬੜਾ ਹੈ ਯਾਰ ਇਹ ਸੌਦਾ ਲਿਖਣਾ ਵੀ ਕਿੰਨਾ ਹੈਕਟਿਕ ਹੁੰਦਾ ਨਾ ਮਾਰੀ ਚੱਲ ਇੰਨਾ ਕਿਤੇ ਮੈਂ ਸਕੂਲ ਕਾਲਜ 'ਚ ਪੜ੍ਹੀ ਹੁੰਦੀ ਨਾ ਤੇ ਕਲੈਕਟਰ ਲੱਗੀ ਹੋਣਾ ਸੀ ਸੁੱਖ ਸੁੱਖ ਹਾਂ ਜੀਰਾ 2 ਕਿਲੋ ਮੰਗਵਾਵਾਂ ਜਾਂ 1 ਕਿਲੋ ਮੰਗਵਾਵਾਂ 10 ਕਿਲੋ ਮੰਗਾ ਲਾ ਨਾਲੇ ਵਿੱਚ ਭੋਰਾ ਧਨੀਆ ਵੀ ਮੰਗਾ ਲਈ ਪਹਿਲਾਂ ਆਲੂ ਜੀਰੇ ਦੀ ਸਬਜ਼ੀ ਖਾਂਦੇ ਸੀ ਹੁਣ ਧਨੀਆ ਆਲੂ ਖਾ ਲਿਆ ਕਰਾਂਗੇ ਤੁਸੀਂ ਕਿਸੇ ਵੀ ਗੱਲ ਦਾ ਚੱਜ ਨਾਲ ਜਵਾਬ ਕਿਉਂ ਨਹੀਂ ਦੇ ਸਕਦੇ ਯਾਰ ਤੂੰ ਕੋਈ ਸਵਾਲ ਚੱਜ ਦਾ ਪੁੱਛ ਸਕਦੀ ਹੈ 2 ਕਿਲੋ ਜੀਰਾ ਕੌਣ ਮੰਗਾਉਂਦਾ ਆਪਾਂ ਸਬਜ਼ੀ 'ਚ ਜੀਰਾ ਪਾਉਣਾ ਜੀਰੇ 'ਚ ਸਬਜ਼ੀ ਨਹੀਂ ਪਾਉਣੀ ਤੇ ਪੁੱਛ ਹੀ ਤਾਂ ਰਹੀ ਆ ਦੱਸੋ ਨਾ ਕਿੰਨਾ ਮੰਗਵਾਉਣਾ 100 ਗ੍ਰਾਮ ਬਹੁਤ ਆ ਬਹੁਤ ਨਹੀਂ ਮੰਗਵਾਉਣਾ ਬਸ ਇੰਨਾ ਕੁ ਮੰਗਵਾਉਣਾ ਜਿਹਦੇ ਨਾਲ ਕੰਮ ਸਰ ਜੇ ਜ਼ਿਆਦਾ ਨਾ ਖਰਾਬ ਹੋ ਜਾਂਦਾ ਮੈਂ ਇੱਕ ਕੰਮ ਕਰਦੀ ਹਾਂ 98 ਗ੍ਰਾਮ ਮੰਗਵਾ ਲੈਂਦੀ ਹਾਂ ਜੀਰਾ 98 ਗ੍ਰਾਮ ਅੱਛਾ ਇਹ ਦੱਸੋ ਦਾਲ ਕਿੰਨੀ ਮੰਗਵਾਉਣੀ ਹੈ ਉਹ ਯਾਰ ਘਰ ਦਾ ਕੰਮ ਤੂੰ ਕਰਦੀ ਹੈ ਜਿੰਨਾ ਮੰਗਵਾਉਣਾ ਮੰਗਵਾ ਲਾ ਮੈਨੂੰ ਕੀ ਪਤਾ ਇੱਦਾਂ ਕਰ ਜਿਵੇਂ 100 ਦੇ ਵਿੱਚੋਂ 98 ਗ੍ਰਾਮ ਜੀਰਾ ਮੰਗਾਇਆ ਸੀ ਨਾ 998 ਗ੍ਰਾਮ ਦਾਲ ਮੰਗਾ ਲਾ ਸੁੱਖ ਮੈਂ ਕੋਈ ਪੀਜ਼ਾ ਥੋੜ੍ਹੀ ਨਾ ਆਰਡਰ ਕਰ ਰਹੀ ਹਾਂ ਜਿਹੜਾ ਮੈਨੂੰ ਪਤਾ ਹੋਣਾ ਕਿ ਕਿੰਨਾ ਮੰਗਵਾਉਣਾ ਹੁਣ ਰਾਸ਼ਨ ਬਾਰੇ ਤਾਂ ਤੁਹਾਨੂੰ ਪਤਾ ਹੈ ਨਾ ਤੁਸੀਂ ਮੈਨੂੰ ਦੱਸ ਨਹੀਂ ਸਕਦੇ ਕਿੰਨਾ ਮੰਗਵਾਉਣਾ ਹੈ ਉਹ ਯਾਰ ਮੈਂ ਤਾਂ ਤੈਨੂੰ ਦੱਸ ਦੂੰ ਪਰ ਤੂੰ ਕਦੋਂ ਸਿੱਖੇਗੀ ਸਿੱਖਣ ਨੂੰ ਇਹ ਕੋਈ ਰੋਕਟ ਸਾਇੰਸ ਹੈ ਜਿਹੜਾ ਮੈਂ ਸਿੱਖਣਾ ਹੈ ਮੰਗਵਾਉਣਾ ਹੀ ਹੈ ਬਸ ਬਣਾ ਤਾਂ ਮੈਂ ਆਪ ਹੀ ਲੈਣਾ ਠੀਕ ਆ ਆ ਲਾਸਟ ਵਾਰੀ ਦੱਸ ਰਿਹਾ 2 ਕਿਲੋ ਮੰਗਾ ਲਾ 2 ਕਿਲੋ ਦਾਲ ਪਰ ਕਿਹੜੀ ਵਾਲੀ ਮੰਗਵਾਵਾਂ ਬਲੈਕ ਜਾਂ ਯੈਲੋ ਸੁੱਖ ਦਾਲ ਯੈਲੋ ਮੰਗਵਾਵਾਂ ਜਾਂ ਬਲੈਕ ਮੰਗਵਾਵਾਂ ਮੇਰੀ ਤਾਂ ਫੇਵਰੇਟ ਪਿੰਕ ਹੈ ਪਿੰਕ ਹੀ ਲਿਖ ਦਿੰਦੀ ਹੈ ਪਿੰਕ ਦਾਲ ਨਾਲੇ ਸੁਣੋ ਮੇਰੀ ਗੱਲ ਅੱਜ ਦਫ਼ਤਰ ਬੱਸ 'ਚ ਜਾਇਓ ਮੈਨੂੰ ਗੱਡੀ ਚਾਹੀਦੀ ਹੈ ਮੈਂ ਰਾਸ਼ਨ ਲੈਣ ਜਾਣਾ ਪ੍ਰੀਤ ਰਾਸ਼ਨ ਲਈ ਗੱਡੀ ਆ ਨਾਲ ਹੀ ਤਾਂ ਮੌਲ ਹੈ ਨਾਲ ਤਾਂ ਇੱਦਾਂ ਕਹਿ ਰਹੇ ਹੋ ਜਿਵੇਂ ਪਿੱਠ ਲੱਗਦੀ ਹੈ ਮੇਰੇ ਕਹਿਣ ਦਾ ਮਤਲਬ ਹੈ ਨਾਲ ਹੀ ਹੈ ਜੇ ਆਪਣੀ ਛੱਤ 'ਤੇ ਚੜ੍ਹ ਕੇ ਛਾਲ ਮਾਰੇਗੀ ਨਾ ਸਿੱਧਾ ਮੌਲ ਦੇ ਗੇਟ 'ਤੇ ਜਾ ਕੇ ਡਿੱਗੇਗੀ ਹਾਂ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਕੋਠੇ 'ਤੇ ਚੜ੍ਹ ਕੇ ਸੁਸਾਈਡ ਕਰ ਲਵਾਂ ਤਾਂ ਕਿ ਤੁਹਾਨੂੰ ਮੇਰੇ ਤੋਂ ਛੁਟਕਾਰਾ ਮਿਲ ਜਾਵੇ ਪ੍ਰੀਤ ਮੇਰੇ ਕਹਿਣ ਦਾ ਮਤਲਬ ਹੈ ਕਿ ਮੌਲ 10 ਕਦਮਾਂ ਦੀ ਦੂਰੀ 'ਤੇ ਹੈ ਅਤੇ ਮੇਰਾ ਆਫਿਸ 40 ਕਿਲੋਮੀਟਰ ਹੈ ਜੀ ਇੰਨੀ ਦੂਰ ਹੈ ਤੇ ਕਿਉਂ ਜਾਂਦੇ ਹੋ ਗੱਡੀ 'ਤੇ ਤੁਹਾਨੂੰ ਪਤਾ ਨਾ ਇੰਨੀ ਦੂਰ ਡਰਾਈਵ ਕਰਨਾ ਕਿੰਨਾ ਰਿਸਕੀ ਹੈ ਉਹ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਨਾਲੇ ਜਿਹੜਾ ਤੇਰੇ ਨਾਲ ਕੱਟ ਰਿਹਾ ਹੋਵੇ ਨਾ ਉਹਨੂੰ ਆ ਐਕਸੀਡੈਂਟਾਂ ਦਾ ਕੋਈ ਡਰ ਨਹੀਂ ਹੈਗਾ ਤੁਸੀਂ ਇੱਕ ਦਿਨ ਵਾਸਤੇ ਨਹੀਂ ਜਾ ਸਕਦੇ ਗੱਡੀ ਰਹਿਣ ਦਿਓ ਆਹ ਦੇਖੋ ਮੇਰੀ ਖੱਬੀ ਅੱਖ ਵੀ ਫੜਕ ਰਹੀ ਹੈ ਓਏ ਖੱਬੀ ਅੱਖ ਦਾ ਫੜਕਣਾ ਤਾਂ ਬਹੁਤ ਸ਼ੁਭ ਹੁੰਦਾ ਜੇ ਸੱਜੀ ਫੜਕੇ ਨਾ ਤਾਂ ਮਾੜਾ ਹੁੰਦਾ ਓ ਨਹੀਂ 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 ਮੈਂ ਨਾ ਸੱਜੀ ਖੱਬੀ 'ਚ ਹਮੇਸ਼ਾ ਕਨਫਿਊਜ਼ ਹੋ ਜਾਂਦੀ ਹਾਂ ਆਹ ਵੇਖੋ ਮੇਰੀ ਸੱਜੀ ਫੜਕ ਰਹੀ ਹੈ ਆਹ ਵੇਖੋ ਵੇਖ ਰਹੇ ਹੋ ਤੁਸੀਂ ਸੌਰੀ
जे सजी फड़कदी होवे तां चंगा हुंदा, जे खब्बी फड़के ना तां माड़ा हो जांदा। सुख, एक गड्डी छड्डन लई इन्ने बहाने बनाओगे तुसी? ते तू एक गड्डी लैण वास्ते किन्ने बहाने बनाएगी? फिर दे क्यों नहीं दिंदे गड्डी? जे तू छड़ देंगी तां तेरा की जांदा? मैनू गड्डी चाहीदी है। गड्डी मैनू चाहीदी है। थानू की लगदा राशन लियाना इन्ना सौखा काम है? पहले लिस्टा बनाओ, फिर जाके लाइन च लगो, फिर सिक्योरिटी चेक करवाओ, फिर जाके एक 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 समान चको, फिर दोबारा सिक्योरिटी चेक कराओ, फिर गड्डी च समान लदो, फिर गड्डी चला के घर लेके आओ। यार राशन ना होया, असला हो गया जड़ा तू मुंगेर तो लेके आना है। ठीक है, फिर आप ले आयो जाके राशन, मैं चली, बाय। ओ हुण जा किथे रही है? खूच। जे कहे ता मैं छड़दा, राह च इक सुक्का भी आउंदा। कोई लोड़ नहीं, आप मारो छाल जाके, पानी मैं पा दूंगी। नहीं मम्मी, मेरी कोई गलती नहीं है, उल्टा वो मेरे ते भड़कन लग गए, बोल दे गड्डी नहीं दऊंगा, पैदल जाके राशन लेके आ। थानू पता है मम्मी, मैं ता तैयार भी हो गई सी राशन लेके आउन नू। यार जे वो राशन लेके आउन लई राजी होगी, एदा मतलब ए थोड़ी है कि गड्डी ते लेके आऊगी। महारानी ना होवे, नाले मॉल ना घर तो सिर्फ 10 कदमां की दूरी ते है, उहदे वास्ते भी इहनू गड्डी चाहीदी है। वड्डी आई, इहनू दिन्ना मैं फरारी कढ़ा के। नहीं मम्मी, गल 10 कदमां की नहीं है, गल सही और गलत की है, गल मेरे राइट्स की है। राइट? इन्हां घर वालियां नू इह लगदा कि राइट सिर्फ यही ने, इन्हां दे राइट दे चक्कर च ना साडी जिंदगी लैफ्ट राइट होई पई है। मम्मी मैं ना ऑनलाइन ऑर्डर कर लूंगी, पर मैं पैदल राशन लैन नहीं जाऊंगी। मैं भी देखदी हूं कौन जांदा राशन लैन। यार मैं भुखा रह लूं, जाके तो रोटी बारो खा लूं, पर कुत्ता होवां जे राशन लेके जावां। ओए आ की है हुण? लाल किला। किथे? लाल किला बासमती चावल, इदे अंदर पूरे महीने दा राशन लेके आई हां। बैठे रहो हुण, किते जान दी लोड़ नहीं थानू। यार पर तू ता कहंदी सी राशन लेके नहीं आउणा। मेरा मन बदल गया, तुसी भी ते कहा सी नहीं लेके आउणा। मेरी ता मजबूरी सी, तू घट्टो घट फोन करके दस ता सकदी सी। जे आही गल मैं कहां, अपना राशन चुको ते वापस करके आओ, मेरे कोल स्टोरेज नहीं हैगी इन्ना राशन रखण दी। आही गल ता मैं तेनू भी कह सकदा। सुख, मैं पैसे दे के बिल लै के राशन लैके आई है, हुनी है वापस हुंदा, तुसी आप दा राशन वापस करके आओ। पानी ना ताणी आउंदी कुत्ते खाणी, ते मैं इत्थे गजा करके लैके आया। देखो सुख, मेरे कोलो बहस करन दा बिल्कुल टाइम नहीं हैगा, मैं ना हले सारा राशन भी सेट करना है, एक ता मैनू दस्या नहीं, उत्तों मैनू सस लेखा ताने मार दियो। ते हुण राशन दा की करां, तेरी मां दे घरे देवां जाके? मेरी मां ना थोड़ी मां वर्गी नहीं हैगी, जेड़ा मुफ्त दा जहर भी ले लूगी। मेरी मां ते जाण दी लोड़ नहीं। तुसी गए सी पहले मेरी मां ते? जाऊंगा, क्योंकि यह वायरस ना उसे प्रोसेसर तो डाउनलोड होके मेरे मथे वजे है। हाय सुख, हुन मैं थोनू वायरस लगन लग गई। वायरस ता तुसी हो मेरी जिंदगी दे विच, जिने मेरी पूरी जिंदगी इन्फेक्टेड करके रखी हुई है, ते जिदी कोई वैक्सीन भी नहीं हैगी। ठीक है, जे नी तंग है ना ता मेरी जिंदगी च हुन क्वारंटाइन हो जी, ते घट्टो घट रब दा वास्ता हुन 14 दिन मेरे मथे ना लगी। बस आही चाहंदे हो तुसी कि मैं इत्थों दफा हो जा, कि तुसी अपने दोस्त नाल बह के इत्थे दारू पियो? ओ मेरी इन्नी चंगी किस्मत किथे, ओए रब्बा सुन लै इस गरीब दी। हे वाहेगुरु। तुसी आप दसो गलती की दी सी, मेरी? जे राशन लैके ही आना सी तो इन्ना बहस करन दी की लोड़ सी? देखिया तुसी, एक घर वालियां नू एक भी काम चज नाल नहीं करना आउंदा, आप ता बाहर जाके मोजा करदे ने, ते घरे सानू काम कर करके सोजा पै जांदियां ने। सोजा पै जांदी ने तेनू वड्डी, इह जी तूं इट्टां चक लईआं। चलो साडी महाभारत ही चलती रहनी है, हुण तुसी फैसला करो कि घर वाले सही हुंदे ने या घर वालियां। बिल्कुल, मैनू थोड़े फैसले ते पूरा भरोसा है, तुसी जो भी फैसला करोगे वो मेरे हक च होऊगा, पर मैनू भी लगदा है कि वाइफ इज ऑलवेज राइट। नहीं, हसबैंड इज ऑलवेज राइट, ते जेड़ा जेड़ा भी व्याह करा के अपनी वोटी तो दुखी है ना, वो बॉक्स दे विच कमेंट जरूर पाओ, ते मैनू मेरी वोटी तो बचाओ। पक्का इलाज कराओ, ओ मैनू मेरी वोटी तो बचाओ, ओ मैनू मेरी वोटी तो बचाओ।